ਮੇਰੇ ਵੱਲੋਂ ਸਾਰਿਆਂ ਪੈਣਾ ਤੇ तमाम ਜਾਤ ਕਾਂ ਤੇ ਮਾਈਆਂ ਤੇ ਬਜ਼ੁਰਗਾਂ ਨੂੰ ਆਸਮਸੀ ਦਾ ਸਲਾਮ ਅੱਜ ਫੇਰ ਮੈਂ ਹਾਜ਼ਰ ਹੋਇਆ ਹਾਂ ਆਪਣਾ ਪ੍ਰੋਗਰਾਮ ਲੈ ਕੇ ਅੱਜ ਦੀ ਗੱਲ ਅੱਜ ਦੀ ਗੱਲ ਦੇ ਨਾਲ ਮੈਂ ਉਹਨਾਂ तमाम ਆਪਣੇ ਭਾਈਆਂ ਦਾ ਭੈਣਾਂ ਦਾ ਬਜ਼ੁਰਗਾਂ ਦਾ ਸਾਰਿਆਂ ਦਾ ਸ਼ੁਕਰਗੁਜ਼ਾਰਾਂ ਜਿਨ੍ਹਾਂ ਨੇ ਮੇਰੀ ਗੱਲ ਨੂੰ ਬੜਾ ਪਸੰਦ ਕੀਤਾ ਹੈ ਮੇਰੀ ਗੱਲ ਨੂੰ ਸਰਾਹਿਆ ਹੈ ਤੇ ਮੈਨੂੰ ਬਹੁਤ ਸਾਰੇ ਅੱਛੇ ਕਮੈਂਟਸ ਵੀ ਆਏ ਨੇ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਲੇਕਿਨ ਮੈਂ ਇਸ ਗੱਲ ਨੂੰ ਫੇਰ ਜਾਰੀ ਰੱਖਾਂਗਾ ਇਸ ਗੱਲ ਨੂੰ ਜਾਰੀ ਇਸ ਤਰ੍ਹਾਂ ਰੱਖਾਂਗਾ ਕਿ ਬਹੁਤ ਸਾਰੇ ਸਵਾਲਾਂ ਆਏ ਨੇ ਔਰ ਉਹਨਾਂ ਦਾ ਮੈਂ ਜਵਾਬ ਵੀ ਦੇਣਾ ਚਾਹਾਂਗਾ ਔਰ ਜਵਾਬ ਇਸ ਤੋਂ ਦੇਣਾ ਚਾਹਾਂਗਾ ਕਿਉਂਕਿ ਮੈਨੂੰ ਪਸੰਦ ਆਇਆ ਕਿ ਤੁਸੀਂ ਮੇਰੀ ਗੱਲ ਤੇ ਗੌਰ ਕੀਤਾ ਹੈ ਔਰ ਮੈਂ ਇਹੀ ਗੱਲ ਚਾਹਨਾ ਆਂ ਸਾ ਕਿ ਮੇਰੇ ਭਾਈ ਮੇਰੇ ਭੈਣਾ ਤੇ ਮੇਰੇ ਬਜ਼ੁਰਗ ਮੇਰੀ ਇਸ ਗੱਲ ਤੇ ਗੌਰ ਕਰਨ ਗੌਰ ਕਰਨ ਤੋਂ ਬਾਅਦ ਤੁਸੀਂ ਮੇਰੀਆਂ ਗੱਲਾਂ ਦਾ ਜਵਾਬ ਦਿੱਤਾ ਹੈ ਅੱਜ ਮੈਂ ਜਿਹੜੀ ਗੱਲ ਕਰਨ ਲੱਗਾ ਮਾਂ ਉਹ ਇਹ ਵੀ ਕਿਉਂਕਿ ਮੈਂ ਇੱਕ ਗੱਲ ਬੜੇ ਚੇਤੇ ਨਾਲ ਤੇ ਆਪਣੇ ਭਾਈਆਂ ਤੇ ਭੈਣਾ ਤੇ ਬਜ਼ੁਰਗਾਂ ਨੂੰ ਕਹਿਣਾ ਚਾਹਨਾ ਮੈਂ ਆਪਣੀ ਗੱਲ ਦਾ ਜਿਹੜਾ ਆਗਾਜ਼ ਏ ਉਹ ਮੈਂ ਇਸ ਸ਼ੇਰ ਦੇ ਨਾਲ ਕਰਾਂਗਾ ਕਿ ਜਿਹੜਾ ਘਰ ਨੂੰ ਕੱਜ ਨਹੀਂ ਸਕਦਾ ਜਿਹੜਾ ਘਰ ਨੂੰ ਕੱਜ ਨਹੀਂ ਸਕਦਾ ਰੱਖ ਦੂਜੇ ਦੀ ਲੱਜ ਨਹੀਂ ਸਕਦਾ ਜਿਹੜਾ ਘਰ ਨੂੰ ਕੱਜ ਨਹੀਂ ਸਕਦਾ ਰੱਖ ਦੂਜੇ ਦੀ ਲੱਜ ਨਹੀਂ ਸਕਦਾ ਧੀ ਪੁੱਤਰ ਜੇ ਚੰਗਾ ਹੋਵੇ ਧੀ ਪੁੱਤਰ ਜੇ ਚੰਗਾ ਹੋਵੇ ਇੱਕ ਵੀ ਮੇਣਾ ਲੱਜ ਨਹੀਂ ਸਕਦਾ ਇੱਕ ਵੀ ਮੇਣਾ ਵਾਜ ਨਹੀਂ ਸਕਦਾ ਜਿੰਨਾ ਮਰਜ਼ੀ ਯਾਰ ਖਵਾ ਲੋ ਜਿੰਨਾ ਮਰਜ਼ੀ ਯਾਰ ਖਵਾ ਲੋ ਨਿਸ਼ਤੋਂ ਭੁੱਖਾ ਰੱਜ ਨਹੀਂ ਸਕਦਾ ਨਿਸ਼ਤੋਂ ਭੁੱਖਾ ਰੱਜ ਨਹੀਂ ਸਕਦਾ ਤੇ ਝੂਠਾ ਮਰਜ਼ੀ ਜਿੰਨਾ ਮਰਜ਼ੀ ਨਸ ਲੈ ਜਿਨ ਝੂਠਾ ਜਿੰਨਾ ਮਰਜ਼ੀ ਭੱਜ ਲੈ ਸੱਚ ਦੇ ਅੱਗੋਂ ਭੱਜ ਨਹੀਂ ਸਕਦਾ ਮੇਰੇ ਅਜ਼ੀਜ਼ੋ ਮੇਰੇ ਭੈਣੋ ਤੇ ਭਰਾਓ ਮੈਂ ਇਸ ਗੱਲ ਨੂੰ ਇਸ ਤੋਂ ਕਰਨਾ ਚਾਹ ਰਿਹਾ ਕਿ ਜਿਹੜਾ ਆਪਣੇ ਘਰ ਨੂੰ ਹੀ ਨਹੀਂ ਕੱਜ ਸਕਦਾ ਉਹਨੂੰ ਦੂਜੇ ਦੀ ਇੱਜ਼ਤ ਨਾਲ ਕੀ ਸਵਾਲ ਲੱਗੇ ਉਹਨੂੰ ਦੂਜੇ ਦੀ ਇੱਜ਼ਤ ਨਾਲ ਕੀ ਲੱਗੇ ਅੱਜ ਮੈਨੂੰ ਤੇ ਤੁਹਾਨੂੰ ਜ਼ਰੂਰਤ ਹੈ ਵੇ ਅਸੀਂ ਆਪਣੇ ਘਰਾਂ ਤੇ ਗੌਰ ਕਰ ਲਈਏ ਮੈਂ ਪਿਛਲੀ ਦਫਾ ਬਹੁਤ ਸਾਰੀਆਂ ਪਾਰਟੀਆਂ ਦੀ ਵੀ ਗੱਲ ਕੀਤੀ ਮੈਨੂੰ ਬਹੁਤ ਸਾਰੇ ਕਮੈਂਟਸ ਵੀ ਆਏ ਨੇ ਮੈਂ ਉਸ ਗੱਲ ਨੂੰ ਜਾਰੀ ਰੱਖਣਾ ਚਾਹਨਾ ਵਾਂ ਕਿ ਅਸੀਂ ਮੈਂ ਗੱਲ ਕੀਤੀ ਕਿ ਵੀ ਅਸੀਂ ਬਹੁਤ ਸਾਰੀਆਂ ਪਾਰਟੀਆਂ ਅਸੀਂ ਬਹੁਤ ਸਾਰੀਆਂ ਪਾਰਟੀਆਂ ਦੇ ਹਿੱਸੇ ਬਣੇ ਆ ਲੇਕਿਨ ਸਾਡੀ ਪਛਾਣ ਖਤਮ ਹੋਈ ਪਈ ਹੈ ਸਾਡੀ ਗੱਲ ਦੀ ਵੈਲਿਊ ਹੀ ਕੋਈ ਨਹੀਂ ਹੈਗੀ ਜੇ ਗੱਲ ਦੀ ਵੈਲਿਊ ਬਣਾਣੀ ਹੈ ਤੇ ਮੇਰੇ ਭੈਣੋ ਤੇ ਭਰਾਓ ਮੈਂ ਇਸ ਗੱਲ ਤੇ ਗੌਰ ਕਰਨਾ ਪਿਆ ਸਾ ਤੇ ਮੈਂ ਸੋਚਿਆ ਕਿ ਮੈਂ ਦੁਬਾਰਾ ਇਸ ਗੱਲ ਤੇ ਗੱਲ ਕਰਾਂਗਾ ਕਿ ਅੱਜ ਦੀ ਗੱਲ ਇਹ ਵੇ ਕਿ ਜੇ ਅਸੀਂ ਸੋਚੀਏ ਕਿ ਰੋਜ਼ਾਂ ਦੇ ਦਿਨ ਚੱਲਦੇ ਪੈਣੇ ਅਸੀਂ ਆਪਣੇ ਘਰਾਂ ਦੇ ਵਿੱਚ ਹੀ ਇਸ ਕੰਮ ਨੂੰ ਸ਼ੁਰੂ ਕਰੀਏ ਮੈਂ ਇਹ ਗੱਲ ਕੀਤੀ ਕਿ ਅਸੀਂ ਉਹ ਬੋੜਾ ਨੂੰ ਉਹ ਤਖਤੀਆਂ ਨੂੰ ਤੋੜ ਦੇਈਏ ਆਪਣੇ ਹੱਥਾਂ ਦਾ ਕੁਸ਼ਕੋਲ ਤੋੜ ਦੇਈਏ ਜਿਹੜੇ ਮੇਰੇ ਭਾਈ ਕੁਸ਼ਕੋਲ ਲੈ ਕੇ ਸੀਟਾ ਮੰਗਲ ਦੀ ਤੁਰੇ ਨਾ ਮਗਰ ਕਦੀ ਫੋਟੋਆਂ ਮਹਾਉਂਦੇ ਨੇ ਉਹ ਕੁਝ ਨਾ ਕੁਝ ਆਪਣਾ ਕਰਕੇ ਪੈਸਾ ਵੀ ਲਾਉਂਦੇ ਆਪਨਾ ਪੇ ਨੇ ਲੇਕਿਨ ਇਹਦੇ ਨਾਲ ਤੁਸੀਂ ਹਾਸਲ ਕੁਝ ਨਹੀਂ ਕਰ ਸਕਦੇ ਪਏ ਮੈਂ ਇਸ ਗੱਲ ਨੂੰ ਕਹਿਣਾ ਚਾਹਨਾ ਕਿ ਅਸੀਂ ਆਪਣੇ ਘਰਾਂ ਤੋਂ ਸ਼ੁਰੂ ਕਰੀਏ ਮੈਂ ਆਪਣੀ ਆਵਾਮ ਦੇ ਨਾਲ ਮੁਖਾਤਬ ਹਾਂ ਮੈਂ ਕਿਸੇ ਉਹਨਾਂ ਐਮਪੀਏ ਐਮਐਨਏ ਦੇ ਨਾਲ ਮੁਖਾਤਬ ਨਹੀਂ ਹੈਗਾ ਜਿਹੜੇ ਸੀਟਾਂ ਲਈ ਮਗਰ ਮਗਰ ਫਿਰਦੇ ਪੈ ਨੇ ਜਿਨ੍ਹਾਂ ਨੇ ਆਪਣੇ ਹੱਥਾਂ 'ਚ ਕਸ਼ਕੋਲ ਫੜੇ ਨੇ ਮੈਂ ਆਵਾਮ ਨਾਲ ਮੈਂ ਆਪਣੇ ਭੈਣ ਭਰਾਵਾਂ ਨਾਲ ਮੁਖਾਤਬ ਹਾਂ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਫਿਰਨਾ ਸ਼ੁਰੂ ਕਰੀਏ ਵੇਖਣਾ ਸ਼ੁਰੂ ਕਰੀਏ ਕਿ ਕਿੰਨੇ ਸੋਹਣੇ ਦਿਨ ਸਾਡੇ ਕੋਲ ਨੇ ਕਿ ਅਸੀਂ ਰੋਜ਼ਿਆਂ ਦੇ ਵਿੱਚ ਸਾਨੂੰ ਬੜੀ ਅੱਛੀ تعلیم ਵੀ ਦਿੱਤੀ ਜਾਂਦੀ ਏ ਕਿ ਅਸੀਂ ਜਿਹੜੇ ਰੁੱਸੇ ਹੋਏ ਨੇ ਉਹਨਾਂ ਨੂੰ ਮਨਾ ਲਈਏ ਅਸੀਂ ਜਦੋਂ ਆਪਣੇ ਘਰਾਂ 'ਚ ਇਕੱਠ ਕਰ ਲਿਆ ਅਸੀਂ ਸਟਾਰਟ ਲੈ ਲਿਆ ਕਿ ਅਸੀਂ ਇੱਕ ਹੋਣਾ ਏ ਅਸੀਂ ਆਪਣੇ ਮਹੱਲੇ ਨੂੰ ਇੱਕ ਕਰ ਲਿਆ ਆਪਣੀ ਗਲੀ ਨੂੰ ਇੱਕ ਕਰ ਲਿਆ ਤੇ ਅਸੀਂ ਆਪਣੇ ਪੂਰੇ ਮਹੱਲੇ ਦੇ ਨਾਲ ਅਸੀਂ ਇੱਕ ਸ਼ਹਿਰ ਨੂੰ ਵੀ ਇਕੱਠਿਆ ਕਰ ਸਕਾਂਗੇ ਤੇ ਜੇ ਸ਼ਹਿਰ ਨੂੰ ਇਕੱਠਿਆ ਕਰ ਲਿਆ ਤੇ ਅਸੀਂ ਮੁਲਕ ਦੇ ਅੰਦਰ ਜਿੰਨੇ ਵੀ ਸਾਡੇ ਲੋਕ ਨੇ ਅਸੀਂ ਪਾਕਿਸਤਾਨ ਚ ਥੋੜੇ ਲੋਕ ਨਹੀਂ ਹੈਗੇ 3 ਕਰੋੜ ਆਵਾਮ ਹੈਗੇ ਆ ਗੋਗੇ ਸਾਨੂੰ ਪਾਕਿਸਤਾਨ ਚ 3 ਕਰੋੜ ਨਹੀਂ ਮੰਨਿਆ ਜਾਂਦਾ ਸਾਡੀ ਜਿਹੜੀ ਮਰਦਮਸ਼ੁਮਾਰੀ ਆਉਂਦੇ ਵਿੱਚ ਵੀ ਅਸੀਂ ਘੱਟ ਹੀ ਨਜ਼ਰ ਆਉਨੇ ਆ ਲੇਕਿਨ ਚਰਚੀ ਦਾ ਡਾਟਾ ਸਾਨੂੰ ਇਹ ਦੱਸਦਾ ਪਿਆ ਹੈ ਕਿ ਅਸੀਂ 3 ਕਰੋੜ ਹੈਗੇ ਆ ਜੇ ਅਸੀਂ ਇਹਨਾਂ ਗੱਲਾਂ ਤੇ ਗੌਰ ਕਰੀਏ ਅੱਜ ਮਰਦਮਸ਼ੁਮਾਰੀ ਸ਼ੁਰੂ ਹੋਈ ਹੈ ਮੈਨੂੰ ਤੇ ਇਹ ਵੀ ਇਹਦੇ ਤੇ ਵਿੱਕ ਪਤਾ ਨਹੀਂ ਅਸੀਂ ਅੱਜ ਵੀ ਘਟਨਾ ਹੋ ਜਾਈਗੀ ਕਿਉਂਕਿ ਜੇ ਦੂਜੀਆਂ ਕੌਮਾਂ ਦੀਆਂ ਮਾਵਾਂ ਨੇ ਬੱਚੇ ਜੰਮੇ ਨੇ ਤੇ ਜੰਮੇ ਸਾਡੀਆਂ ਮਾਵਾਂ ਪੈਣਾ ਨੇ ਨਹੀਂ ਅਸੀਂ ਅੱਜ ਇਹਨਾਂ ਗੱਲਾਂ ਤੇ ਗੌਰ ਕਰੀਏ ਤੇ ਮੈਂ ਵੀ ਕਵਾਂਗਾ ਜਿਹੜੇ ਲੋਗ ਆਪਣਾ ਮਰਦਮਸ਼ੁਮਾਰੀ ਦੇ ਵਿੱਚ ਇਹਨੂੰ ਅਮੀਸ਼ਾ ਵੀ ਤੇ ਪੈਨੇ ਉਹ ਇhtiyat ਕਰਨ ਆਪਣੇ ਆਪਣੇ ਘਰਾਂ ਦੇ ਗੌਰ ਕਰੀਏ ਆਪਣਾ ਕੱਠ ਵਹਾਈਏ ਜਿੱਦਨਸ ਆਪਣੀ ਆਪਣੇ ਕੱਠ ਨੂੰ ਵਹਾ ਦਿੱਤਾ ਜਿੱਦਨਸ ਆਪਣੀ ਇਕਤਾ ਵਹਾ ਦਿੱਤੀ ਕਿ ਅਸੀਂ ਇੱਕ ਕੌਮ ਹੈਗੇ ਆਂ ਜਿਹੜੋ ਕੌਮਾਂ ਬੰਦੀਆਂ ਨੇ ਤੇ ਉਹਨਾਂ ਨੂੰ ਬਹੁਤ ਕੁਝ ਕੁਰਬਾਨੀ ਕਰਨਾ ਪੈਂਦਾ ਕੌਮ ਬੰਨਾ ਬੜਾ ਮੁਸ਼ਕਲ ਜੇ ਮੇਰੇ ਭਰਾਓ ਮੇਰੀਆਂ ਭੈਣੋ ਕੌਮ ਬੜਾ ਬੜਾ ਮੁਸ਼ਕਲ ਹੈਗਾ ਜੀ ਹਾਂ ਪਾਰਟੀਆਂ ਦੇ ਹਿੱਸੇ ਬੰਨਣਾ ਬੜਾ ਆਸਾਨ ਹੈਗਾ ਜਿਹੜੀ ਮਰਜ਼ੀ ਪਾਰਟੀ ਦਾ ਹਿੱਸਾ ਬੰਨਜੋ ਤੁਹਾਡੇ ਬੂਹਿਆਂ ਦੇ ਉੱਤੇ ਬੜੇ ਐਮਪੀ ਐਮਐਨਏ ਆਉਂਦੇ ਨੇ ਬੜੇ ਲੀਡਰ ਆਉਂਦੇ ਨੇ ਤੁਸੀਂ ਸਾਡੇ ਭੈਣ ਭਰਾਓ ਮੈਂ ਇਹ ਕਵਾਂਗਾ ਇਹਨਾਂ ਗੱਲਾਂ ਤੋਂ ਦੂਰ ਹੋ ਜਾਓ ਤੇ ਤੁਸੀਂ ਆਪਣੇ ਆਪ ਨੂੰ ਆਪਣੇ ਆਪ ਨੂੰ ਕੌਮ ਬਣਾ ਕੇ ਸਾਹਮਣੇ ਦੁਨੀਆ ਦੇ ਲੈ ਆਓ ਮੈਂ ਪਿਛੇ ਦਾਵਾ ਵੀ ਆਖਿਆ ਦੁਨੀਆ ਤੁਹਾਨੂੰ ਵੇਖਣਾ ਚਾਹੀਏ ਦੁਨੀਆ ਤੁਹਾਨੂੰ ਵੇਖਣਾ ਚਾਹ ਰਹੀ ਏ ਕਿ ਤੁਸੀਂ ਕੌਮ ਹੈਗੇ ਹੋ ਕਿ ਨਹੀਂ ਜੇ ਕੌਮ ਬੜ ਗਏ ਤਾਂ ਸਾਨੂੰ ਇਹ ਮੁਲਕ ਵੀ ਕਬੂਲ ਕਰੇਗਾ ਕਿ ਕੌਮ ਹੈਗੇ ਨੇ ਤੇ ਜੇ ਅਸਾਂ ਇੰਜ ਨਾ ਕੀਤਾ ਤੇ ਮੇਰੇ ਅਜ਼ੀਜ਼ੋ ਮੈਂ ਫੇਰ ਕਵਾਂਗਾ ਅਸੀਂ ਹਰ ਜਗ੍ਹਾ ਤੇ ਜ਼ਲੀਲ ਹੋਵਾਂਗੇ ਜ਼ਲਾਲਤ ਤੋਂ ਬਚਣ ਲਈ ਆਪਣੀ ਆਪ ਨੂੰ ਇੱਕ ਕਰ ਲਈਏ ਅੱਜ ਅਸੀਂ ਆਪਣੇ ਆਪਣੇ ਘਰਾਂ ਚ ਫਿਰਨਾ ਸ਼ੁਰੂ ਕਰੀਏ ਸਾਡੀਆਂ ਕਿਹੜੀਆਂ ਜ਼ਮੀਨਾਂ ਜਾਂਦਾ ਦਾ ਹੈਗੀਆਂ ਸਾਡੇ ਕੋਲ ਜੇ ਕੋਈ ਜ਼ਮੀਨ ਜਾਇਦਾਦ ਹੈ ਸਾਡੀਆਂ ਔਲਾਦਾਂ ਨੇ ਤੇ ਉਹਨਾਂ ਨੂੰ ਅਸੀਂ ਇਕੱਠਾ ਕਰ ਲਈਏ ਆਈ ਸਾਡੇ ਨੌਜਵਾਨ ਮੁxtarif ਰਾਦੇ ਨਸ਼ਾ ਜਿਉ ਮਤਲਾ ਨੇ ਲੇਕਿਨ ਅਸੀਂ ਉਹਨਾਂ ਤੇ ਗੌਰ ਕਰਨਾ ਸ਼ੁਰੂ ਕਰੀਏ ਆਪਣੀ ਕੌਮ ਲਈ ਉਹਨਾਂ ਤੇ ਮਿਹਨਤ ਕਰਨੀ ਸ਼ੁਰੂ ਕਰੀਏ ਮੈਂ ਅੱਜ ਇੱਕ ਗੱਲ ਬੜੀ ਆਪਣੀ ਭੈਣਾਂ ਨੂੰ ਕਵਾਂਗਾ ਮੇਰੀਆਂ ਭੈਣਾਂ ਬੜੀਆਂ عظیم ਨੇ ਆਦਮ ਜੀ ਨੂੰ ਬਣਾਇਆ ਗਿਆ ਤੇ ਖੁਦਾ ਨੇ ਆਖਿਆ ਆਦਮ ਦੇ ਲਈ ਮੈਂ ਇੱਕ ਮਦਦਗਾਰ ਬਣਾਵਾਂਗਾ ਤੇ ਮਦਦਗਾਰ ਕਮਜ਼ੋਰ ਲਈ ਠਿਆ ਰਾਇਆ ਜਾਂਦਾ ਤੁਹਾਨੂੰ ਕਿੱਡਾ ਵੱਡਾ ਦਰਜਾ ਦਿੱਤਾ ਗਿਆ ਕਿ ਤੁਸੀਂ ਮਰਦ ਦੀਆਂ ਮਦਦਗਾਰ ਬਣੀਆਂ ਤੇ ਤੁਸੀਂ ਇਸੇ ਤਰ੍ਹਾਂ ਮਦਦ ਕਰ ਸਕਦੀਆਂ ਜੇ ਕਿ ਤੁਸੀਂ ਆਪਣੇ ਧੀਆਂ ਤੇ ਪੁੱਤਰਾਂ ਦੇ ਉੱਤੇ ਗੌਰ ਕਰਨਾ ਸ਼ੁਰੂ ਕਰੋ ਉਹਨਾਂ ਨੂੰ ਦੱਸੋ ਕਿ ਤੁਸੀਂ ਇੱਕ ਕੌਮ ਹੋ ਜਿੱਦਾਂ ਰਾਮ ਮਸੀਹੀ ਕੌਮ ਹੈ ਅੱਜ ਜੇ ਅਸੀਂ ਆਪਣੇ ਆਪ ਨੂੰ ਕੌਮ ਬਣਾ ਕੇ ਦੁਨੀਆਂ ਦੇ ਸਾਹਮਣੇ ਲੈ ਆਂਦਾ ਤੇ ਦੁਨੀਆਂ ਵੀ ਸਾਨੂੰ ਮੰਨੇਗੀ ਦੁਨੀਆਂ ਦੀ ਤੇ ਬੜੀ ਦੂਰ ਦੀ ਗੱਲ ਹੈ ਪਾਕਿਸਤਾਨ ਹੀ ਸਾਨੂੰ ਮੰਨਣ ਲੱਗ ਪਵੇਗਾ ਕਿ ਇਹ ਮਸੀਹੀ ਇੱਕ ਕੌਮ ਹੈ ਹਿੰਦੂਆਣੇ ਆਪਣੇ ਆਪ ਨੂੰ ਸਾਬਤ ਕਰ ਦਿੱਤਾ ਹੈ ਸਿੱਖਾਂ ਨੇ ਇੱਥੇ ਸਾਬਤ ਕਰ ਦਿੱਤਾ ਹੈ ਲੇਕਿਨ ਅਸੀਂ ਮਸੀਹੀ ਅੱਜ ਵੀ ਆਪਣੇ ਆਪ ਨੂੰ ਦੁਜਿਆਂ ਦੇ ਵਿੱਚ ਫਸਾ ਕੇ ਤੇ ਸਚਾਨਿਆ ਕਿ ਸਾਨੂੰ ਕੋਈ ਮੰਨ ਲਵੇ ਮੇਰੇ ਜੀ ਜੋ ਇੰਜ ਨਹੀਂ ਜੇ ਹੋਣਾ ਇੰਜ ਨਹੀਂ ਜੇ ਹੋਣਾ ਮੈਂ ਪਿਛੀ ਦਫਾ ਵੀ ਗੱਲ ਕੀਤੀ ਕਿ ਹੱਥ ਜੋੜ ਕੇ ਮਿਹਨਤ ਕਰਨਾ ਪਿਆਵਾ ਕੁਛੇ ਮੇਰੀ ਗੱਲ ਤੇ ਗੌਰ ਕਰੋਗੇ ਨਾ ਔਰ ਮੈਂ ਇਮਾਨ ਰੱਖਣਾ ਕਿ ਤੁਸਾਂ ਮੈਨੂੰ ਮੈਨੂੰ ਬੜਾ ਚੰਗਾ ਲੱਗਾ ਕਿ ਤੁਸਾਂ ਮੇਰੀ ਗੱਲ ਤੇ ਗੌਰ ਕੀਤਾ ਜੇ ਗੌਰ ਕੀਤਾ ਹੈ ਤਾਂ ਤੁਸਾਂ ਮੈਨੂੰ ਬਹੁਤ ਸਾਰੇ ਕਮੈਂਟਸ ਵੀ ਲਿਖੇ ਹੈਗੇ ਨੇ ਲੇਕਿਨ ਮੈਂ ਇਹ ਵੀ ਚਾਹਨਾ ਕਿ ਅਸੀਂ ਆਪਣੇ ਘਰਾਂ ਤੇ ਗੌਰ ਕਰਨਾ ਸ਼ੁਰੂ ਕਰੀਏ ਜੇ ਗੌਰ ਕਰ ਲਾਵਾਂਗੇ ਤੇ ਸਾਨੂੰ ਲਾਜ਼ਮਨ ਹੈ ਕਿ ਸਾਨੂੰ ਕੌਮਾਂ ਕਬੂਲ ਕਰਨ ਗਿਆ ਮੈਂ ਬਾਰ ਬਾਰ ਇਹ ਲਫ਼ਜ਼ ਇਸ ਤੋਂ ਕਹਿ ਰਿਹਾ ਕਿ ਕੌਮਾਂ ਕਬੂਲ ਕਰਨ ਗਿਆ ਕਿਉਂ ਕਿਉਂਕਿ ਮੇਰੀ ਕੋਸ਼ਿਸ਼ ਇਹ ਵੇ ਕਿ ਅਸੀਂ ਇੱਕ ਦਫਾ ਸਾਹਮਣੇ ਤੇ ਆ ਕੇ ਵੇਖੀਏ ਇੱਕ ਹੋ ਕੇ ਤੇ ਵੇਖੀਏ ਮੈਂ ਪਿਛਲੀ ਦਫਾ ਯੋਨਾਬਾਦ ਦੇ ਇੱਕ ਨਾਜ਼ਮ ਦੀ ਗੱਲ ਕੀਤੀ ਸੀ ਕੌਮ ਨੇ ਇੱਕ ਹੋ ਕੇ ਇੱਕ ਨਾਜ਼ਮ ਨੂੰ ਸਾਹਮਣੇ ਲੈ ਆਂਦਾ ਤੇ ਜੇ ਅਸੀਂ ਆਪਣੇ ਚ ਏਕਾ ਕਰ ਲਿਆ ਅਜਿਹਾ ਨਾਬਾਦ ਦੇ ਅੰਦਰ بڑے بڑے ਪਾਰਟੀਆਂ ਬਣ ਚੁੱਕੀਆਂ ਨੇ ਲੇਕਿਨ ਅਗਰ ਇੱਕੋ ਪਾਸੇ ਹੋ ਗਏ ਜੇ ਯੂਨਾਬਾਦ ਚਾਵੇ ਆਪਣੇ ਇਲਾਕੇ ਦੇ ਵਿੱਚੋਂ ਹੀ ਐਮਐਨਏ ਦੇ ਐਮਪੀ ਇਹ ਖੜਾ ਕਰ ਸਕਦੀ ਏ ਉਹਨੂੰ ਚਿਤਾ ਵੀ ਸਕਦੀ ਏ ਬਗੈਰ ਕਿਸੇ ਪਾਰਟੀ ਤੋਂ ਲਾਜ਼ਮ ਨਹੀਂ ਕਿ ਤੁਸੀਂ ਪੀਟੀਆਈ ਦਾ ਹਿੱਸਾ ਬਣੋਗੇ ਲਾਜ਼ਮ ਨਹੀਂ ਕਿ ਤੁਸੀਂ ਨੂਨ ਲੀਗ ਦਾ ਹਿੱਸਾ ਬਣੋਗੇ ਲਾਜ਼ਮ ਨਹੀਂ ਕਿ ਤੁਸੀਂ ਪੀਪੀ ਦਾ ਹਿੱਸਾ ਬਣੋਗੇ ਤੁਸੀਂ ਖੁਦ ਆਪਣੀ ਪਛਾਣ ਲਈ ਇੱਕੋ ਇੱਕੋ ਹੀ ਨੁਮਾਇੰਦੇ ਨੂੰ ਚੁਣ ਕੇ ਇਹ ਕਹੋ ਅਸੀਂ ਭਾਈ ਆਪਣਾ ਨੁਮਾਇੰਦਾ ਚੁਣ ਲਿਆ ਅਸੀਂ ਇਹਨੂੰ ਹੀ ਵੋਟ ਪਾਵਾਂਗੇ ਅਸੀਂ ਕੌਮ ਹੋ ਕੇ ਸਾਬਤ ਕਰਾਉਣਾ ਚਾਹੁੰਦੇ ਆ ਸਾਡੇ ਨਜ਼ਦੀਕ ਬਹੁਤ ਸਾਰੀਆਂ ਆਬਾਦੀਆਂ ਨੇ ਜਿਹੜੀਆਂ ਨੇੜੇ-ਨੇੜੇ ਨੇ ਉਹ ਵੀ ਇਕਾ ਕਰਕੇ ਕਹਿਣ ਕੇ ਭਾਈ ਅਸੀਂ ਵੀ ਆਪਣੇ ਇਲਾਕੇ ਦੇ ਵਿੱਚ ਇੱਕ ਬੰਦਾ ਚੁਣ ਲਿਆ ਅਸੀਂ ਉਹਨੂੰ ਹੀ ਐਮਪੀਏ ਤੇ ਅਸੀਂ ਮੈਨੇ ਖੜਾ ਕਰਾਂਗੇ ਬਾਹਰ ਕਲੋਨੀ ਹੈ ਗੁਜਰਾਵਾਲੇ ਚ ਫ੍ਰਾਂਸਿਸ ਅਬਾਦੇ ਇਸੇ ਤਰ੍ਹਾਂ ਸਾਡੀਆਂ ਜਿਵੇਂ ਪਾਈ ਫਿਰੂ ਦੇ ਅੰਦਰ ਬਹੁਤ ਵੱਡੀ ਆਬਾਦੀ ਹੈ ਬਾਬੂ ਮੇਟੋਂ ਨੇ ਬਹੁਤ ਸਾਰੀਆਂ ਆਬਾਦੀਆਂ ਨੇ ਜਿੱਥੋਂ ਅਸੀਂ ਖੁਦ ਐਮਪੀਏ ਦੇ ਐਮਐਨਏ ਨਿਕਰ ਸਕਨੇ ਆ ਤੇ ਉਹ ਗੱਲ ਵੀ ਤਗੜੀ ਕਰਨਗੇ ਜਦੋਂ ਤੁਸੀਂ ਆਪਣੀ ਅਕਸਰੀਅਤ ਦੇ ਨਾਲ ਆਪਣੇ ਬੰਦੇ ਭੇਜੋਗੇ ਤੋ ਗੱਲ ਵੀ ਤਗੜੀ ਕਰਨਗੇ ਇਸ ਤੋਂ ਮੇਰੀ ਤੁਹਾਡੇ ਅਗੇ ਮਿੰਨਤ ਹੈ ਮੇਰੀ ਗੱਲ ਤੇ ਗੌਰ ਕਰੋ ਕਿ ਜਿਹੜਾ ਘਰ ਨੂੰ ਕੱਜ ਨਹੀਂ ਸਕਦਾ ਲੱਜ ਕਿਸੇ ਦੀ ਕੱਜ ਨਹੀਂ ਸਕਦਾ ਜਿਹੜਾ ਘਰ ਨੂੰ ਕਜਲ ਲੱਗ ਪਵੇਗਾ ਉਹ ਦੂਜੇ ਦੀ ਲੱਜ ਵੀ ਰੱਖੇਗਾ ਤੇ ਅੱਜ ਆਪਣੇ ਘਰਾਂ ਤੇ غور ਕਰੀਏ ਤਾਂ ਕਿ ਖੁਦਾ ਸਾਨੂੰ ਬੁਲੰਦੋ ਬਾਲਾ ਕਰੇ ਤੇ ਕੌਮਾਂ ਸਾਡੀ ਪਛਾਣ ਹੋ ਜਾਏ ਆਸਮਾਸੀ ਦਾ ਸਾਰਿਆਂ ਨੂੰ ਸலாம் ਤੇ ਜੈ ਯਸੂ ਦੀ ਖੁਦਾ ਤੁਹਾਨੂੰ ਸਭ ਨੂੰ ਬਰਕਤ ਦੇ